ਇਹਨੂੰ ਲੈ ਜਾਓ, ਆਹ ਤੁਸੀਂ ਆਪਦੀ ਆਪ ਕਰਨਾ। ਆਹ ਵਾਲਾ ਮੈਂ ਕਿਹਾ ਸੀ ਪਲੀਜ਼ ਕਿਸੇ ਹੋਰ ਤੋਂ ਕਰਾ ਲਓ ਜੇ ਤੁਹਾਤੋਂ ਨਹੀਂ ਹੁੰਦਾ। ਬਾਰ ਬਾਰ ਆ ਕੇ ਮੇਰਾ ਟਾਈਮ ਵੇਸਟ ਨਾ ਕਰੋ। ਯੂ ਮੇ ਲੀਵ ਨਾਓ। ਹਾਂ ਬਈ, ਕਿਵੇਂ ਕਲਾਸ ਲੱਗੀ? ਲੱਗਦੀ ਹੈ ਤਸੱਲੀ ਵਾਲੀ। ਚੱਲ ਛੱਡ, ਮੈਂ ਤੈਨੂੰ ਇੱਕ ਕੰਮ ਦੀ ਗੱਲ ਦੱਸਦਾ। ਉਹ ਦੂਜੇ ਡਿਪਾਰਟਮੈਂਟ ਜਿਹੜੀ ਕੁੜੀ ਨਹੀਂ ਆਈ ਨਵੀਂ, ਉਹ ਲੰਬੀ ਜੀ ਸ਼ਫਾਲੀ, ਉਹਦੇ ਨਾਲ ਵੀ ਆਹੀ ਕੁਛ ਹੋਇਆ ਕੱਲ੍ਹ। ਉਹਦੀ ਵੀ ਵਧੀਆ ਕਲਾਸ ਲੱਗੀ ਤੇਰੇ ਵਾਂਗ, ਪਰ ਉਹਦੀ ਗਲਤੀ ਕੀ ਸੀ ਕਿ ਨਹੀਂ ਫਾਈਲ ਕੰਪਲੀਟ ਹੋਈ? ਕੀ ਹੋ ਗਿਆ? ਐਡੀ ਵੱਡੀ ਤਾਂ ਕੋਈ ਗੱਲ ਵੀ ਹੈ ਨਹੀਂ ਸੀ। ਫਿਰ ਕੀ? ਉਹ ਤੂੰ ਵੀ ਇੰਨੀ ਚਿੰਤਾ ਨਾ ਕਰਿਆ ਕਰ, ਚਿੱਲ ਕਰਿਆ ਕਰ, ਮੈਂ ਕੌਫੀ ਲੈ ਕੇ ਆਉਂਦਾ ਤੇਰੇ ਲਈ। ਇੱਕ ਤਾਂ ਸਾਡਾ ਕੰਮ ਹੀ ਬਹੁਤ ਹੋ ਜਾਂਦਾ, ਮੁੱਕਣ 'ਚ ਨਹੀਂ ਆਉਂਦਾ। ਯਾਰ ਤੂੰ ਨਾ ਇੰਨੀ ਟੈਨਸ਼ਨ ਲਿਆ ਕਰ, ਚਿੱਲ ਕਰਿਆ ਕਰ ਆਪਣਾ। ਮੈਂ ਤੇਰੇ ਲਈ ਕੌਫੀ ਲੈ ਕੇ ਆਵਾਂ? ਮੈਂ ਤੇਰੇ ਲਈ ਕੌਫੀ ਲੈ ਕੇ ਆਵਾਂ। ਮੈਂ ਤੇਰੇ ਲਈ ਕੌਫੀ ਲੈ ਕੇ ਆਵਾਂ। ਚਿੱਲ ਕਰਿਆ ਕਰ ਆਪਣਾ। ਕੌਫੀ, ਮੈਂ ਤੇਰੇ ਲਈ ਕੌਫੀ ਲੈ ਕੇ ਆਵਾਂ। ਗੇਟ ਗੂਟ ਤਾਂ ਟਾਈਮ ਸਿਰ ਖੋਲ ਲਿਆ ਕਰੋ ਯਾਰ।
ਆਹ ਪ੍ਰੋਜੈਕਟ ਮੇਰੇ ਲਈ ਬਹੁਤ ਇੰਪੋਰਟੈਂਟ ਹੈ। ਸੋ ਪਲੀਜ਼ ਜਿੰਨਾ ਵੀ ਟਾਈਮ ਲੱਗੇ ਉਹ ਕੰਪਲੀਟ ਕਰਕੇ ਜਾਇਓ। ਕੰਪਲੀਟ ਨਹੀਂ ਹੋਇਆ ਹਲੇ? ਨਹੀਂ। ਚੱਲ ਚੱਲ 10 ਮਿੰਟ ਦੀ ਬ੍ਰੇਕ ਲੈਂਦੇ ਹਾਂ। ਤੈਨੂੰ ਪਤਾ ਕੱਲ ਮੈਂ ਅਤੇ ਸ਼ੇਫਾਲੀ ਡੇਟ 'ਤੇ ਗਏ, ਮੂਵੀ ਦੇਖੀ, ਫੰਕਸ਼ਨ ਕੀਤਾ। ਮੈਨੂੰ ਲੱਗਦਾ ਤੇਰੇ ਯਾਰ ਨੂੰ ਉਹਦੇ ਨਾਲ ਸੱਚਾ ਪਿਆਰ ਹੋ ਗਿਆ। ਉਹ ਹੁਣ ਤਾਂ ਮੈਨੂੰ ਤਾਂ ਸੁਪਨੇ ਵੀ ਆਉਣ ਲੱਗ ਗਏ। ਯਾਰ ਇੱਕ ਗੱਲ ਕਹਾਂ, ਯਾਰ ਮੈਨੂੰ ਵੀ ਬੜੇ ਅਜੀਬੋ ਗਰੀਬ ਜਿਹੇ ਸੁਪਨੇ ਆਉਂਦੇ ਆ। ਕਦੇ ਮੈਂ ਜੰਗਲ 'ਚ ਆਏ ਫਿਰਦਾ ਹੁੰਦਾ ਜਿਵੇਂ ਮੈਂ ਕਿਤੇ ਗੁਆਚਿਆ ਹੋਵਾਂ, ਕਦੇ ਮੈਂ ਕਿਸੇ ਦਰਿਆ ਕੰਢੇ ਬੈਠਾ ਰੇਤ ਛਾਣ ਰਿਹਾ ਹੁੰਦਾ। ਪਤਾ ਨਹੀਂ ਇੱਕਦਮ ਐਂ ਲੱਗਦਾ ਜਿਵੇਂ ਮੇਰੀ ਬੋਡੀ ਫ੍ਰੀਜ਼ ਹੋ ਗਈ। ਲੈ ਮੈਨੂੰ ਵੀ ਤਾਂ ਇਹੋ ਜਿਹੇ ਸੁਪਨੇ ਆਉਂਦੇ ਸੀ ਛੋਟੇ ਹੁੰਦੇ। ਜਾਂਦਾ ਸਿੱਧਾ TC 'ਤੇ, ਉੱਪਰੋਂ ਛਾਲ, ਨਾਲੇ ਸੁਪਨਾ ਟੁੱਟ ਜਾਂਦਾ, ਨਾਲੇ ਨੀਂਦ ਖੁੱਲ ਜਾਂਦੀ। ਪਰ ਮੈਨੂੰ ਤਾਂ ਬਹੁਤ ਹੀ ਅਜੀਬੋ ਗਰੀਬ ਸੁਪਨੇ ਆਉਂਦੇ ਆ। ਕੱਲ੍ਹ ਰਾਤ ਤੂੰ ਮੇਰੇ ਸੁਪਨੇ 'ਚ ਬੈਠਾ ਸੀ ਜਿਵੇਂ ਤੂੰ ਆਫਿਸ 'ਚ ਮੇਰੇ ਕੋਲ ਬੈਠਾ ਹੁੰਦਾ। ਫਿਰ ਤਾਂ ਮੈਂ ਤੈਨੂੰ ਇਹ ਵੀ ਕਿਹਾ ਹੋਣਾ, ਚਿੱਲ ਕਰਿਆ ਕਰ। ਮੈਂ ਤੇਰੇ ਲਈ ਕੌਫੀ ਲੈ ਕੇ ਆਵਾਂ। ਮੈਂ ਤੇਰੇ ਲਈ ਕੌਫੀ ਲੈ ਕੇ ਆਵਾਂ। ਚਿੱਲ ਕਰਿਆ ਕਰ ਆਪਣਾ। ਜਾਂਦਾ ਸਿੱਧਾ TC 'ਤੇ, ਉੱਪਰੋਂ ਛਾਲ, ਨਾਲੇ ਸੁਪਨਾ ਟੁੱਟ ਜਾਂਦਾ, ਨਾਲੇ ਨੀਂਦ ਖੁੱਲ ਜਾਂਦੀ। ਨਾਲੇ ਸੁਪਨਾ ਟੁੱਟ ਜਾਂਦਾ, ਨਾਲੇ ਨੀਂਦ ਖੁੱਲ ਜਾਂਦੀ।